ਪੁਰਾਣੀ ਤੋਂ ਪੁਰਾਣੀ ਖੰਗ ਨਜ਼ਲੇ ਤੇ ਰੇਸ਼ੇ ਦਾ ਅੱਜ ਰਾਮ ਬਾਣ ਇਲਾਜ ਸਮਝਾਂਗੇ ਵੈਦ ਬਾਬਾ ਸਿਮਨਪ੍ਰੀਤ ਜੀ ਸਾਡੇ ਨਾਲ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਅਖਰ ਤੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਬੇ ਖੰਗ ਨਜ਼ਰਾ ਰੇਸ਼ਾ ਬਹੁਤ ਆਮ ਹੋ ਰਿਹਾ ਹੈ ਕਿ ਸ਼ੈ ਕੀ ਹੈ ਆਯੁਰਵੇਦ ਕਿਵੇਂ ਡਿਫਾਈਨ ਕਰਦਾ ਕਿ ਤੇ ਨਾਲ ਦੀ ਨਾਲ ਕਿਹੜੇ ਨੁਸਖੇ ਨੇ ਤੁਹਾਡੇ ਕੋਲੇ ਜਿਹਦੇ ਨਾਲ ਤੁਸੀਂ ਦਾਵਾ ਕਰਦੇ ਹੋ ਕਿ 100% ਰਿਜ਼ਲਟ ਰਹਿੰਦਾ ਹੈਗਾ ਲਗ ਇਹ ਜੀ ਖਾਂਸੀ ਜਿਵੇਂ ਪੰਜ ਪ੍ਰਕਾਰ ਦੀ ਹੁੰਦੀ ਆ ਜੀ ਆਯੁਰਵੇਦ ਦੇ ਵਿੱਚ ਪੰਜ ਪ੍ਰਕਾਰ ਦੀ ਖਾਂਸੀ ਹੁੰਦੀ ਆ ਕੋਜੇ ਜਿਹੜੀਆਂ ਖਾਂਸੀਆਂ ਨੇ ਸੁੱਕੀਆਂ ਹੁੰਦੀਆਂ ਨੇ ਕੋਜੇ ਰੇਸ਼ੇ ਦੀਆਂ ਹੁੰਦੀਆਂ ਨੇ ਤੇ ਕੁਛ ਪਿਤ ਦੀਆਂ ਹੁੰਦੀਆਂ ਨੇ ਠੀਕ ਆ ਜੀ ਇਦਾਂ ਇਹ ਇਹਦਾ ਜਿਹੜਾ ਡਿਵੀਜ਼ਨ ਆਯੁਰਵੇਦ ਦੇ ਵਿੱਚ ਹੁੰਦੀ ਆ ਜੀ ਹਨਾ ਤੇ ਕੁਝ ਜਿਹੜੇ ਨੁਸਖੇ ਹੁੰਦੇ ਨੇ ਕੇਵਲ ਇੱਕ ਤਰ੍ਹਾਂ ਦੀ ਖਾਂਸੀ ਦੇ ਉੱਤੇ ਵਰਤੇ ਜਾਂਦੇ ਨੇ ਕੁਝ ਸਾਰੀਆਂ ਖਾਂਸੀਆਂ ਦੇ ਉੱਤੇ ਵਰਤੇ ਜਾਂਦੇ ਨੇ ਤੇ ਹੁਣ ਆਪਾਂ ਖਾਂਸੀ ਦੇ ਉੱਤੇ ਦੱਸਾਂਗੇ ਵੀ ਥੋੜੇ ਛੋਟੀ ਜੀ ਵੀਡੀਓ ਕਰਦੇ ਆਪਾਂ ਵੀ ਖਾਂਸੀ ਦੇ ਉੱਤੇ ਦੱਸਦੇ ਵੀ ਕੁਝ ਘਰੇਲੂ ਜਿਹੜੇ ਨੁਸਖੇ ਆਪਾਂ ਅਪਣਾ ਸਕਦੇ ਆ ਸੁੱਕੀ ਖੰਗ ਦੇ ਵੀ ਤੇ ਜਿਹੜੀ ਆਪਾਂ ਨੂੰ ਖੰਗ ਜਿਹੜੀ ਰੇਸ਼ੀ ਵਾਲੀ ਹੁੰਦੀ ਉਹਦੀ ਜਿਵੇਂ ਸੁੱਕੀ ਖੰਗ ਦਾ ਇੱਕ ਬੜਾ ਵਧੀਆ ਨੁਸਖਾ ਹੈ ਆਮ ਜਿਹਾ ਹੈ ਵੀ ਤੁਸੀਂ ਕਾਲੀਆਂ ਮਿਰਚਾਂ ਜਿਹੜੀਆਂ ਲੈ ਲੈਣੀਆਂ ਨੇ ਸੁੱਕੀ ਖੰਗ ਤੇ ਇਹ ਜ਼ਿਆਦਾ ਕੰਮ ਕਰਦੀ ਆ ਕਾਲੀਆਂ ਮਿਰਚਾਂ ਜੇ ਤੁਸੀਂ ਵਾਵਾ ਸਾਰੀਆਂ ਲੈ ਲਓ ਹਨਾ ਜਿਵੇਂ 30 35 ਮਿਰਚਾਂ ਲੈ ਲਓ ਤੇ ਉਹਨਾਂ ਨੂੰ ਨਿੰਬੂ ਦੇ ਰਸ ਵਿੱਚ 12 14 ਘੰਟੇ ਡੋਬ ਕੇ ਰੱਖੋ ਤੇ ਰਾਤ ਨੂੰ ਡੋਬ ਦੋ ਸਵੇਰ ਤੱਕ ਰੱਖੋ ਜਾਂ ਸਵੇਰੇ ਡੋਬ ਕੇ ਰਾਤ ਤੱਕ ਰੱਖੋ ਜਿੱਦਾਂ ਤੁਹਾਨੂੰ ਸੂਤ ਲੱਗੇ ਉਹ ਤੁਸੀਂ ਮਿਰਚਾਂ ਨੂੰ ਨਿੰਬੂ ਦੇ ਰਸ ਵਿੱਚ ਜਿੰਨੀਆਂ ਮਰਜ਼ੀ ਮਿਰਚਾਂ ਡੋਬ ਕੇ ਰੱਖੋ ਤੇ ਬਾਅਦ ਚ ਕੱਢ ਕੇ ਉਹਨਾਂ ਨੂੰ ਛਾਵੇਂ ਸੁਕਾ ਲਓ ਸੁਕਾਉਣ ਤੋਂ ਬਾਅਦ ਸੁੱਕੀ ਖਾਂਗਾ ਜਿੰਨੂੰ ਜਿੰਨੀ ਮਰਜ਼ੀ ਪ੍ਰਾਣੀ ਖਾਂਗਾ ਨਹੀਂ ਇਲਾਜ ਹੋ ਰਿਹਾ ਕਿਦੋਂ ਵੀ ਨਾ ਤੇ ਉਹ ਰੋਜ਼ ਦੀਆਂ ਇੱਕ ਦੋ ਮਿਰਚਾਂ ਚੂਸੇ ਬਸ ਉਹ ਮਿਰਚਾਂ ਇੱਕ ਦੋ ਰੋਜ਼ ਦੀਆਂ ਚੂਸੇ ਤੇ ਦੋਆਂ ਚੋਂ ਦਿਨਾਂ ਦੇ ਵਿੱਚ ਹੀ ਉਹਦੀ ਸਾਰੀ ਜਿਹੜੀ ਖਾਂਗਾ ਉਹ ਗੈਬ ਹੋ ਜੂਗੀ ਜਿਹੜਾ ਨੂੰ ਸੁੱਕੀ ਖੰਘ ਹੈ ਜੀ ਠੀਕ ਹੈ ਜੀ ਦੂਸਰੀ ਜਿਹੜੀ ਰੇਸ਼ੇ ਵਾਲੀ ਖੰਘ ਮਤਲਬ ਇਹ ਇੱਕੋ ਹੀ ਇਲਾਜ ਬਹੁਤ ਹੈ ਜਾਂ ਫਿਰ ਹੋਰ ਵੀ ਨੇ ਇਹ ਸੁੱਕੀ ਖੰਘ ਦਾ ਇਲਾਜ ਹੈ ਜੀ ਤੇ ਰੇਸ਼ੇ ਵਾਲੀ ਖੰਘ ਦਾ ਜਿਹੜਾ ਇਲਾਜ ਹੈ ਉਹ ਇੱਕ ਗ੍ਰੰਥ ਆ ਮੇਰੇ ਕੋਲ ਹੀ ਆ ਮੈਂ ਲਿਖ ਰਿਆ ਸੀਗਾ ਤੇ ਇਹ ਬੜਾ ਪੁਰਾਣਾ ਗ੍ਰੰਥ ਸੀਗਾ ਸੁਖ ਭਾਖਾ ਦਾ ਗ੍ਰੰਥ ਹੈ ਤੇ ਉਹਦਾ ਨਵਾਂ ਉਤਾਰਾ ਕਰ ਰਿਹਾ ਸੀ ਕਿ ਬੜਾ ਬਿਰਤ ਗ੍ਰੰਥ ਸੀਗਾ ਤੇ ਉਹਦੇ ਵਿੱਚ ਲਿਖਦੇ ਨੇ ਇਹ ਉਹ ਕਹਿੰਦੇ ਆ ਵੀ ਪਾਂਚ ਬਾਤ ਕੀ ਜਾਨੋ ਖਾਂਸੀ ਲਿਖਿਓ ਲਿਖਿਆ ਵੈਦਨਾ ਕਰਿਓ ਹਾਸੀ ਵੀ ਪੰਜ ਪ੍ਰਕਾਰ ਦੀਆਂ ਕਹਿੰਦੇ ਖਾਸੀਆਂ ਨੇ ਜਿਹੜੀਆਂ ਪੁਰਾਣੇ ਵੈਦਾਂ ਨੇ ਲਿਖਿਆ ਵੀ ਇਹਨੂੰ ਇਹ ਮਜ਼ਾਕ ਦੇ ਵਿੱਚ ਜਾਂ ਹਾਸੇ ਦੇ ਵਿੱਚ ਨਾ ਲਿਆ ਜਾਵੇ ਤੇ ਅੱਗੇ ਉਹਦਾ ਅਗਲੇ ਬੰਦ ਚੌਪਈ ਬੰਦ ਚੱਲਦੇ ਅੱਗੇ ਕਹਿੰਦੇ ਨੇ ਪੜਿੰਗੀ ਪੀਪਲ ਅਰਨਸਪਾਲ ਪੜਿੰਗੀ ਇੱਕ ਬੂਟੀ ਹੁੰਦੀ ਹੈ ਤੇ ਪੀਪਲ ਤੇ ਨਸਪਾਲ ਨਸਪਾਲ ਨਾਰਾਂ ਦੇ ਛਿੱਲੜ ਤੋਂ ਬਣਦਾ ਹੁੰਦਾ ਹੈ ਤੇ ਨਸਪਾਲ ਤੇ ਨਸਵਾਰ ਦੇ ਵਿੱਚ ਫਰਕ ਹੁੰਦਾ ਹੈ ਨਸਵਾਰ ਸੁਗੰਨ ਵਾਲੀ ਹੁੰਦੀ ਹੈ ਉਹ ਚ ਤਮਾਕੂ ਦਾ ਸੇਵਨ ਹੁੰਦਾ ਹੈ ਇਸ ਲਈ ਉਹ ਨਹੀਂ ਆਪਾਂ ਵਰਤੀ ਦੀ ਵਿਸਿੱਖਾਂ ਦੇ ਵਿੱਚ ਤਮਾਕੂ ਦੀ ਮਨਾਹੀ ਆ ਉਹ ਤਮਾਕੂ ਵੀ ਕਈ ਬੂਟੀਆਂ ਚ ਵਰਤਿਆ ਜਾਂਦਾ ਹੈ ਆਯੁਰਵੇਦ ਦੇ ਵਿੱਚ ਤੇ ਪਰ ਜਿਹੜਾ ਸਿੱਖਾਂ ਦਾ ਆਯੁਰਵੇਦ ਚੱਲਦਾ ਹੈ ਉਹਦੇ ਵਿੱਚ ਅਸੀਂ ਤਮਾਕੂ ਨਹੀਂ ਵਰਤਦੇ ਉਹ ਵਰਜਿਤ ਹੁੰਦਾ ਹੈ ਤੇ ਪੜਿੰਗੀ ਪੀਪਲ ਅਰਨਸਪਾਲ ਤੇ ਇਹ ਜਿਹੜਾ ਇਹ ਨੁਸਖਾ ਚੱਲਦਾ ਹੈ ਕੁੱਟ ਖਿਲਾਵ ਉਹ ਮੱਖਿਓ ਨਾਲ ਵੀ ਇਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਕਰਕੇ ਨਾ ਤੇ ਮੱਖਿਓ ਯਾਨੀ ਸ਼ਹਿਦ ਥੋੜਾ ਜਿਹਾ ਚੁਟਕੀ ਦਾ ਪਾਊਡਰ ਲੈ ਕੇ ਸ਼ਹਿਦ ਦੇ ਉੱਤੇ ਪਾ ਕੇ ਘੋਲ ਕੇ ਉਹਨੂੰ ਚਟਾ ਦੇਣਾ ਹੈ ਤੇ ਉਹ ਇਹਨੂੰ ਕੀ ਕਹਿੰਦੇ ਪੜਿੰਗੀ ਪੀਪਲ ਆੜਨਾ ਸਪਾਲ ਕੁੱਟ ਖਿਲਾਵੋ ਮੱਖਿਓ ਨਾਲ ਇਸਤੀ ਖਾਸੀ ਸਰ ਪਰ ਜਾਏ ਭਾਵੇਂ ਕਫ ਕੇ ਭਾਵੇਂ ਬਾਹੇ ਵੀ ਚਾਹੇ ਕਫ ਦੀ ਜਾਂ ਜਾਂ ਬਾਹੇ ਦੀ ਬਾਤ ਦੀ ਖਾਂਸੀ ਆ ਉਹ ਇਹਦੇ ਨਾਲ ਚੱਲ ਜਾਂਦੀ ਹੈ ਜੀ ਇਹ ਇਹਦੇ ਨਾਲ ਉਹਦਾ ਅਨਾਸ ਹੋ ਜਾਂਦਾ ਤੇ ਇੱਕ ਹੋਰ ਹੈ ਅੰਨਿਆਂ ਚੋਪਈ ਚੱਲਦੀ ਹੈ ਉਹ ਵੀ ਅੱਗੇ ਚੱਲਦੀ ਹੈ ਉਹ ਚਲਦੀ ਹੈ ਪੀਪਰ ਪਹੋਕਰ ਵਰਚ ਪੜੇਗੀ ਪਿਪਲ ਪੀਪਰ ਕਹਿੰਦੇ ਨੇ ਪੀਪਰ ਤੇ ਪਿਪਲ ਇੱਕੋ ਹੀ ਹੁੰਦਾ ਹੈ ਦੋ ਦੋ ਅਲੱਗ ਸ਼ਬਦ ਵਰਤੇ ਗਏ ਹੁਣ ਦੇਖ ਹਫਤਾ ਨੂੰ ਦੇਖ ਕੇ ਪੀਪਰ ਦਾ ਮਤਲਬ ਪਿਪਲ ਹੀ ਆਉਂਦਾ ਹੈ ਪੀਪਰ ਪਹੋਕਰ ਪਹੋਕਰ ਇੱਕ ਇਹ ਪਹੋਕਰ ਮੂਲ ਬੁੱਟੀ ਹੁੰਦੀ ਹੈ ਵੀ ਇੱਕ ਪੀਪਰ ਪਹੋਕਰ ਵਰਚ ਪੜੇਗੀ ਮਰਚ ਬਹੀੜਾ ਕੱਕੜ ਸਿੰਘੀ ਮਰਚ ਕਾਲੀ ਮਿਰਚ ਬਹੀੜਾ ਤੇ ਕੱਕੜ ਸਿੰਘੀ ਧਾਵੇ ਸੁੱਠ ਜਵਾਇਣ ਚੀਤ ਇਤਾਵੇ ਸੁੰਡ ਜੁਵੈਣ ਤਿੰਨ ਚੀਜ਼ਾਂ ਹੋ ਗਈਆਂ ਚੀਤ ਸਮਕਰ ਮਿਸ਼ਰੀ ਮੇਲ ਹੁਮੀਤ ਇਹ ਜਿਹੜੀਆਂ ਪਿੱਛੇ ਜਿੰਨੀਆਂ ਵਸਤੂਆਂ ਦਸੀਆਂ ਨੇ ਸਾਰੀਆਂ ਇੱਕ ਮਾਤਰਾ ਲੈ ਲੈਣੀਆਂ ਚਾਹੇ ਤੋਲਾ-ਤੋਲਾ ਲੈ ਲਓ 2-2 ਤੋਲੇ ਜਿੰਨੀਆਂ ਵੀ ਲੈਣੀਆਂ ਨੇ ਉਹ ਲੈ ਕੇ ਉਹਨਾਂ ਦਾ ਪਾਊਡਰ ਕਰਕੇ ਉਹਦੇ ਬਰਾਬਰ ਮਿਸ਼ਰੀ ਮੇਲ ਲੈਣੀ ਇਹਦੇ ਵਿੱਚ ਕੁਜੇ ਵਾਲੀ ਧਾਗੇ ਵਾਲੀ ਮਿਸ਼ਰੀ ਠੀਕ ਹੈ ਸਮਕਰ ਮਿਸ਼ਰੀ ਮੇਲ ਹੁਮੀਤ ਤੇ ਭਾਵੇਂ ਮੱਖਿਓ ਨਾਲ ਚਟਾਵੋ ਤੇ ਉਦਾਂ ਮਿੱਠੀ ਹੁੰਦੀ ਹੈ ਮਿਸ਼ਰੀ ਮੇਲ ਨਾਲ ਇਹਨੂੰ ਤੁਸੀਂ ਸ਼ਾਇਦ ਦੇ ਨਾਲ ਵੀ ਚਟਾ ਸਕਦੇ ਹੋ ਤੇ ਉਦਾਂ ਵੀ ਲੈ ਸਕਦੇ ਹੋ ਪਾਵੇਂ ਮਾਖਿਓ ਸਾਥ ਚਟਾਵੋ ਮਿੱਠਾ ਖੱਟਾ ਰੱਖ ਕਰਾਵੋ ਖੱਟੇ ਮਿੱਠੇ ਤੋਂ ਰੱਖ ਕਰਨੀਆਂ ਖੱਟਾ ਮਿੱਠਾ ਨਹੀਂ ਖਾਣਾ ਠੀਕ ਹੈ ਜੀ ਇਸ ਦੀ ਖਾਸੀ ਸਰਪਰ ਜਾਏ ਦਿਨ ਬਹੁਤੇ ਜੇ ਰੋਗੀ ਖਾਏ ਇਹਦੇ ਨਾਲ ਵੀ ਸਾਰੇ ਪ੍ਰਕਾਰ ਦੀਆਂ ਖੰਗਾਂ ਚੱਲ ਜਾਂਦੀਆਂ ਨੇ ਥੋੜੇ ਜਿਆਦਾ ਦੇਣੇ ਦਾ ਸੇਵਨ ਕਰਨਾ ਪੈ ਜਾਂਦਾ ਹੁੰਦਾ ਕਈ ਵਾਰ ਬਹੁਤ ਕਾਲੀ ਹੁੰਦੀ ਆ ਨਾ ਲੋਕਾਂ ਨੂੰ ਵੀ ਸਾਡਾ ਵੀ ਖਰੇ ਇੱਕ ਨੁਸਕੇ ਦੇ ਵਿੱਚ ਜਾਂ ਦੋਹਾਂ ਘਰਾਕਾਂ 'ਚ ਹੀ ਸਾਨੂੰ ਫਰਕ ਦਿਖਣ ਲੱਗ ਪਵੇ ਨਾ ਆਯੁਰਵੇਦ ਤਾਂ ਵੈਸੇ ਬੜਾ ਬਦਨਾਮ ਆ ਵੀ ਹੌਲੀ ਚੱਲਦਾ ਹੈ ਤੇ ਲੋਕਾਂ ਨੂੰ ਕਾਲੀ ਹੁੰਦੀ ਆ ਜਿਵੇਂ ਐਲੋਪੈਥਿਕ ਕੰਮ ਕਰਦੀ ਆ ਵੀ ਉਵੇਂ ਆਯੁਰਵੇਦ ਵੀ ਕੰਮ ਕਰਦੇ ਆ ਐਲੋਪੈਥਿਕ ਦਾ ਆਪਣਾ ਕੰਮ ਕਰਨ ਦਾ ਢੰਗ ਹੁੰਦਾ ਹੈ ਤੇ ਜਿਹੜਾ ਆਯੁਰਵੇਦ ਆ ਉਹ ਆਪਦੀ ਤਸੀਰ ਨਾਲ ਚੱਲਦਾ ਹੈ ਨਾ ਤੇ ਇਹਨੂੰ ਸਮਾਂ ਲੱਗ ਜਾਂਦਾ ਹੁੰਦਾ ਔਰ ਇਹਦੇ ਵਿੱਚ ਇੱਕ ਗੱਲ ਇਹ ਹੁੰਦੀ ਆ ਬਾਬਾ ਜੀ ਵੀ ਜਿਵੇਂ ਕੋਈ ਕਹਿੰਦਾ ਕਿ ਜਿਵੇਂ ਤੁਸੀਂ ਕੋ ਵੀ ਮੈਨੂੰ ਤਾਂ ਜੀ ਦੋਹਾਂ ਖਰਾਕਾਂ ਨਾਲ ਫਰਕ ਪੈ ਗਿਆ ਜ਼ਰੂਰੀ ਨਹੀਂ ਹੁੰਦਾ ਕਿ ਦੂਜੇ ਨੂੰ ਵੀ ਦੋਹਾਂ ਖਰਾਕਾਂ ਨਾਲ ਫਰਕ ਪਵੇ ਇਹਦੀਆਂ ਕਈ ਪ੍ਰੀਖਿਆਵਾਂ ਹੁੰਦੀਆਂ ਨੇ ਜਿਵੇਂ ਹੁਣ ਇਹ ਪੁਰਾਣੇ ਬਿਊਰਕ ਕਈ ਨਾੜ ਤੋਂ ਪ੍ਰੀਖਿਆ ਕਰਦੇ ਹੁੰਦੇ ਸੀ ਕਈ ਮੂਤਰ ਤੋਂ ਪ੍ਰੀਖਿਆ ਕਰਦੀ ਸਾਡੇ ਜਿਹੜੇ ਬਜ਼ੁਰਗ ਸੀ ਉਹ ਮੂਤਰ ਤੋਂ ਪ੍ਰੀਖਿਆ ਕਰਦੇ ਹੁੰਦੇ ਸੀ ਪ੍ਰੀਖਿਆ ਮਤਲਬ ਵੀ ਪਰਖਣਾ ਵੀ ਬੰਦੇ ਦਾ ਜਿਵੇਂ ਯੂਰੀਨ ਟੈਸਟ ਹੋ ਲਿਆ ਹੈ ਹਨਾ ਉਹ ਕਰਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਉਹਦੇ ਤੋਂ ਉਹ ਚ ਤਿੰਨ ਪ੍ਰਕਾਰ ਦਾ ਰੋਗ ਹੁੰਦਾ ਵੀ ਜਿਵੇਂ ਕਿਸੇ ਨੂੰ ਕੋਈ ਰੋਗ ਹੈ ਤੇ ਉਹ ਮੂਤਰ ਤੋਂ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਇਹ ਦਾ ਜਿਹੜਾ ਰੋਗ ਆ ਉਹ ਛੇਤੀ ਦੇਣੀ ਆਰਾਮ ਆ ਜਾਊਗਾ ਕੱਟ ਦਵਾਈ ਖਾਦੇ ਆ ਦੂਜਾ ਪਹਿਲੂ ਹੁੰਦਾ ਕਿ ਇਹਨੂੰ ਦਵਾਈ ਲੰਬਾ ਸਮਾਂ ਖਾਣੀ ਪੂਪ ਲੇਕਿਨ ਆਰਾਮ ਆ ਜਾਊਗਾ ਤੀਜਾ ਹੁੰਦਾ ਕਿ ਅਸਾਧ ਰੋਗ ਕਿ ਉਹ ਨਹੀਂ ਫਰਸੂਤ ਆਉਂਦਾ ਤੁਹਾਡੇ ਬਜ਼ੁਰਗ ਤਾਂ ਮੂਤਰ ਦੇਖ ਕੇ ਵੀ ਦੱਸ ਦਿੰਦੇ ਸੀ ਵੀ ਜੀਣਾ ਕਿੰਨੇ ਸਮੇਂ ਹਾਂ 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 ਉਹ ਇਹ ਇਹ ਕੋਈ ਦੇਖੋ ਜੀ ਕੋਈ ਸ਼ਕਤੀ ਜਾਂ ਜਾਦੂ ਨਹੀਂ ਹੁੰਦਾ ਇਹ ਵਿਦਿਆ ਹੁੰਦੀ ਆ ਪੁਰਾਣੀ ਵੀ ਇਹ ਇਹ ਮੂਤ ਇਹ ਪਸਾਬ ਦੇਖ ਕੇ ਉਹ ਦੱਸ ਦਿੰਦੇ ਹੁੰਦੇ ਸੀ ਬਣ ਕੇ ਸਾਡੇ ਜਿਹੜੇ ਡੈਡੀ ਹੁਣਾਂ ਦੇ ਉਸਤਾਦ ਰਹੇ ਨੇ ਹੋਰ ਵੀ ਜਿੱਥੋਂ ਪਿਤਾ ਜੀ ਸਾਡੇ ਸਿੱਖੇ ਨੇ ਤੇ ਵੈਦ ਰਗਵੀਰ ਚੰਜੀ ਸਾਡੇ ਸੁਲਤਾਨਪੁਰ ਦੇ ਬੜੇ ਬੜੇ ਵੱਡੇ ਬਾਤ ਰਹੇ ਨੇ ਉਹ ਉਹਨਾਂ ਦੇ ਬਯੁਰਗ ਵੀ ਇਹੀ ਪ੍ਰੀਖਿਆ ਦੱਸ ਦਿੰਦੇ ਹੁੰਦੇ ਸੀ ਤੁਰਿਆ ਜਾਂਦਿਆ ਵੀ ਉਹ ਤਾਂ ਜਿਵੇਂ ਪਿਸ਼ਾਬ ਲੈ ਕੇ ਆਉਣਾ ਤੇ ਉਹਨਾਂ ਨੇ ਦੱਸ ਦੇਣਾ ਵੀ ਇੰਨਾ ਸਮਾਂ ਇਹਨਾਂ ਦੇ ਕੋਲ ਪਿਆ ਹੈ ਵੀ ਬਿਮਾਰ ਬੰਦਾ ਜਿਹੜਾ ਬਿਸਤਰੇ ਤੇ ਹੈ ਇਹ ਪੁਰਾਣੇ ਵੈਦਾਂ ਦੀ ਵਿਦਿਆ ਬਹੁਤ ਭਾਰੀ ਹੁੰਦੀ ਸੀ ਜੀ ਉਹ ਦੱਸ ਦਿੰਦੇ ਹੁੰਦੇ ਸੀਗੇ ਵੀ ਬੰਦੇ ਦੀ ਨਬਜ਼ ਦੇਖ ਕੇ ਵੀ ਦੱਸ ਦਿੰਦੇ ਹੁੰਦੇ ਸੀ ਤੇ ਉਹ ਪ੍ਰੀਖਿਆਵਾਂ ਹੁੰਦੀਆਂ ਨੇ ਵਿਦਿਆ ਦਾ ਹਿੱਸਾ ਹੁੰਦਾ ਆ ਜਾਂਦੀਆਂ ਨੇ ਲੇਕਿਨ ਇਹਦੇ ਲਈ ਬੜਾ ਅਭਿਆਸ ਜਿਵੇਂ ਕਹ ਲਓ ਕੀ ਕਰਨਾ ਪੈਂਦਾ ਤੇ ਇਹ ਚੀਜ਼ਾਂ ਇਸ ਤਰੀਕੇ ਨਾਲ ਪਤਾ ਲੱਗਦੀਆਂ ਅੱਛਾ ਬਾਬਾ ਜਿਹੜੇ ਤੁਸੀਂ ਚੀਜ਼ਾਂ ਦਸੀਆਂ ਨੁਸਖੇ ਦੇ ਵਿੱਚ ਇਹ ਮਿਲਣ ਕਿੱਥੋਂ ਇਹ ਤਾਂ ਨਾ ਹੀ ਬੜੇ ਓਕੇ ਲੋਕਾਂ ਨੇ ਪਹਿਲੀ ਵਾਰ ਸੁਨੇ ਹੋਣਗੇ ਨਹੀਂ ਨਹੀਂ ਮਿਲ ਜਾਂਦੀਆਂ ਨੇ ਆ ਜਿਹੜੀਆਂ ਮੈਂ ਪੀਪਰ ਬਹੁਤ ਕਰ ਮਰਚ ਵਰਚ ਤੇ ਪੜਿੰਗੀਆਂ ਚਾਰ ਬੂਟੀਆਂ ਮਿਲ ਜਾਂਦੀਆਂ ਨੇ ਤੇ ਮਰਚ ਬਹੀੜਾ ਮਿਰਚਾਂ ਕਾਲੀਆਂ ਮਿਰਚਾਂ ਬਹੀੜਾ ਉਹ ਆਪ ਅੱਗੇ ਵੀ ਪਿਛਲੇ ਐਪੀਸੋਡਾਂ ਬਹੇੜੇ ਦੇ ਤਰਫਲੇ ਚ ਗੱਲ ਕੀਤੀ ਸੀ ਨਾ ਬਹੇੜਾ ਕੱਕੜ ਸਿੰਗੀ ਉਹ ਵੀ ਮਿਲ ਜਾਂਦੀ ਹੈ ਠੀਕ ਹੈ ਜੀ ਤਾਵੇ ਸੁੱਠ ਤਾਵੇ ਜਿਹੜੇ ਤਾਵੇ ਦੇ ਫੁੱਲ ਹੁੰਦੇ ਉਹ ਵੀ ਮਿਲ ਜਾਂਦੇ ਨੇ ਤਾਵੇ ਸੁੰਡ ਜਵਾਇਣ ਇਹ ਵੀ ਮਿਲ ਜਾਂਦੀ ਹੈ ਸਮਕਰ ਮਿਸਰੀ ਮਿਸਰੀ ਆਲੀ ਅੱਗੇ ਅੱਛਾ ਭਈ ਇੱਕ ਚੀਜ਼ ਹੋਰ ਤੁਹਾਡੇ ਕੋਲੇ ਲੋਕ ਇਲਾਜ ਕਰਾਉਣ ਦੇ ਲਈ ਆਉਂਦੇ ਬਹੁਤ ਲੰਮੀ ਖੰਗ ਹੁੰਦੀ ਕਿੰਨੇ ਸਮਿਆਂ ਤੋਂ ਸਾਲਾਂ ਦੀ ਖੰਗ ਹੁੰਦੀ ਕਈ ਲੋਕਾਂ ਦੀ ਇਹ ਮਤਲਬ ਕਿਵੇਂ ਚੱਲਦੀ ਹੈ ਕਿ ਮਤਲਬ ਇੰਨੇ ਸਾਲਾਂ ਪਰ ਲੋਕ ਇਹਦੇ ਤੋਂ ਪਰੇਸ਼ਾਨ ਰਹਿੰਦੇ ਨੇ ਇਲਾਜ ਕਿਉਂ ਨਹੀਂ ਹੋ ਪਾਂਦਾ ਜਾ ਫਿਰ ਤੁਹਾਡੇ ਕੋਲ ਆਂਦੇ ਨੇ ਤੁਸੀਂ ਕਿਵੇਂ ਕਰ ਦਿੰਦੇ ਹੋ ਹਾਂ ਉਹ ਤਾਂ ਜਿਵੇਂ ਆ ਇਲਾਜ ਨੇ ਕੁਝ ਕੁਝ ਇਲਾਜ ਜਿਹੜੇ ਧਾਤਾਂ ਦੇ ਨਾਲ ਵੀ ਹੁੰਦੇ ਨੇ ਉਹਨਾਂ ਦਾ ਆਪਾਂ ਜ਼ਿਕਰ ਨਹੀਂ ਕਰਦੇ ਕਿਉਂਕਿ ਉਹ ਥੋੜਾ ਜਿਵੇਂ ਕਹ ਲਓ ਕਿ ਉਹ ਜ਼ਹਿਰ ਨਾਲ ਖੇਡਣ ਵਾਲੀ ਗੱਲ ਹੁੰਦੀ ਆ ਉਹ ਨੁਸਖੇ ਫਿਰ ਦੱਸੇ ਨਹੀਂ ਜਾਂਦੇ ਹੁੰਦੇ ਵੀ ਜਿਹੜੇ ਬਹੁਤੇ ਭਾਰੀ ਹੁੰਦੇ ਨੇ ਨਾ ਤੇ ਇਹ ਇਹਦਾ ਜਿਹੜਾ ਸਭ ਤੋਂ ਮੁਢਲਾ ਕਾਰਨ ਆ ਜੀ ਉਹ ਹਮੇਸ਼ਾ ਹੀ ਗੱਲ ਆ ਕਿ ਅੱਗੇ ਆਪਾਂ ਇਹ ਗੱਲਾਂ ਕਰ ਰਹੇ ਸੀਗੇ ਵੀ ਸਰੀਰ ਦੇ ਵਿੱਚ ਕੋਈ ਵੀ ਰੋਗ ਆ ਇਹ ਜ਼ਰੂਰੀ ਨਹੀਂ ਖੰਗ ਹੀ ਆ ਇਹ ਰੇਸ਼ਾ ਕਈ ਪ੍ਰਕਾਰ ਦਾ ਹੈ ਨਾ ਜਾਂ ਬੰਦੇ ਦੇ ਬਲੱਡ ਦੇ ਵਿੱਚ ਕੋਈ ਪ੍ਰੋਬਲਮ ਹੈ ਮੈਦਾ ਨਹੀਂ ਕੰਮ ਕਰ ਰਿਹਾ ਯਾ ਗੁਰਦਿਆਂ ਦੀ ਸਫਾਈ ਨਹੀਂ ਹੋ ਰਹੀ ਨਾ ਉਹਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਲੋਕ ਜਿਹੜਾ ਹੈਗੇ ਵੀ ਆਪਣਾ ਖਾਣਾ ਨਹੀਂ ਸੁਧਾਰਦੇ ਤੇ ਦੂਜਾ ਜਿਹੜਾ ਹੈ ਜੀਵਨ ਜਿਉਣ ਦਾ ਪ੍ਰਾਣੀ ਬਿੁਰਗਾਂ ਦਾ ਢੰਗ ਹੈ ਉਹ ਅਸੀਂ ਛੱਡ ਦਤਾ ਆਪਣੀ ਜਿਹੜੀ ਪਰੰਪਰਾ ਪਿੱਛੋਂ ਨਾ ਉਹਦੇ ਨਾਲ ਜਿਵੇਂ ਨਹੀਂ ਅਸੀਂ ਰਿਲੇਟ ਕਰਦੇ ਵੀ ਸਾਡਾ ਤਿੰਨ ਚੀਜ਼ਾਂ ਨੇ ਜੀ ਜਿਸ ਬੰਦੇ ਨੇ ਹਮੇਸ਼ਾ ਤੰਦਰੁਸਤ ਰਹਿਣਾ ਹੈ ਤਿੰਨ ਚੀਜ਼ਾਂ ਨੇ ਉਹਦੇ ਵਾਸਤੇ ਇੱਕ ਤਾਂ ਸਰੀਰ ਦੇ ਵਿੱਚ ਕਬਜ਼ ਨਹੀਂ ਹੋਣੀ ਚਾਹੀਦੀ ਸਰੀਰ ਦੀ ਕਿਰਿਆ ਜਿਹੜੀ ਹੈ ਸ਼ੁੱਧ ਹੋਣੀ ਚਾਹੀਦੀ ਆ ਤੇ ਇਹ ਵੀ ਨਹੀਂ ਵੀ ਉਹਨੂੰ ਸੰਗ੍ਰਹਿਣੀ ਹੋਈ ਰਵੇ ਵੀ ਵਾਰ-ਵਾਰੀ ਉਹਨੂੰ ਟੋਲਰਟ ਜਾਣਾ ਪਵੇ ਮਤਲਬ ਕਿ ਉਹਦੀ ਕਿਰਿਆ ਸ਼ੁੱਧ ਹੋਣੀ ਚਾਹੀਦੀ ਆ ਪੇਟ ਸਾਫ ਹੋਣਾ ਚਾਹੀਦਾ ਸਹੀ ਤਰੀਕੇ ਨਾਲ ਦਿਮਾਗ ਸਹੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਯੂਨਾਨ ਹੈ ਯੂਨਾਨ ਦਾ ਆਯੁਰਵੇਦ ਵੀ ਬਹੁਤ ਪੁਰਾਣਾ ਹੈ ਉਹਨਾਂ ਦੀ ਜਿਹੜੀ ਹਕੀਮੀ ਹੈ ਨਾ ਹਕਮਤ ਯੂਨਾਨੀ ਹਕਮਤ ਜਿਹੜੀ ਆ ਉਹ ਵੀ ਬਹੁਤ ਜਿਹੜੇ ਆਪਣੇ ਆਪ 'ਚ ਬੜੀ ਬੜੀ ਭਾਰੀ ਤੇ ਬੜੀ ਖਾਸ ਹੈ ਉਹਨਾਂ ਦੀ ਵੀ ਜਿਵੇਂ ਆਪਣੀ ਹਿੰਦੁਸਤਾਨ ਦੀ ਆਯੁਰਵੇਦ ਦੀ ਹੈ ਨਾ ਤੇ ਯੂਨਾਨ ਯੂਨਾਨ ਕਹਿੰਦਾ ਹੈ ਕਿ ਬੰਦੇ ਦੀਆਂ ਸਭ ਜਿਹੜੀਆਂ ਸਾਰੀਆਂ ਬਿਮਾਰੀਆਂ ਦਾ ਕਾਰਨ ਬੰਦੇ ਦਾ ਦਿਮਾਗ ਹ ਕੀ ਜੇ ਬੰਦਾ ਮੈਂਟਲੀ ਅਫਸੈਟ ਹੈ ਜਾਂ ਦਿਮਾਗ ਨਾਲ ਸੋਚਦਾ ਵਾ ਜੀ ਉਹਦੇ ਦਿਮਾਗ ਨੇ ਇਸ ਗੱਲ ਨੂੰ ਘਰ ਕਰ ਲਿਆ ਆਪਣੇ ਅੰਦਰ ਯਾਨੀ ਨੈਗੇਟਿਵਿਟੀ ਤੇ ਤੁਸੀਂ ਬਿਮਾਰ ਹੋ ਜਾਣਾ ਉਹ ਵੀ ਆਪ ਦੀ ਥਾਂ ਬਿਲਕੁਲ ਦਰੁਸਤ ਫਰਮਾਉਂਦਾ ਹੈ ਤੇ ਹਿੰਦੁਸਤਾਨ ਦਾ ਵੀ ਆਯੁਰਵੇਦ ਕਹਿੰਦਾ ਹੈ ਕਿ ਜੇ ਤੁਹਾਡਾ ਮੇਦਾ ਖਰਾਬ ਹੋ ਗਿਆ ਤਾਂ ਉੱਥੋਂ ਸਾਰੀਆਂ ਬਿਮਾਰੀਆਂ ਚ ਨਹੀਂ ਆਈ ਵੀ ਆਪ ਦੀ ਥਾਂ ਦਰੁਸਤ ਫਰਮਾਉਂਦਾ ਹੈ ਸੋ ਤੁਹਾਡਾ ਮੇਦਾ ਠੀਕ ਹੋਣਾ ਚਾਹੀਦਾ ਹੈ ਉਹ ਤੁਹਾਡੇ ਖਾਣ ਪੀਣ ਦਾ ਠੀਕ ਹੋਣਾ ਹੈ ਦਿਮਾਗ ਯਾਨੀ ਤੁਹਾਡੇ ਵਿੱਚ ਪੋਜ਼ਿਟਿਵਿਟੀ ਬਹੁਤ ਹੋਣੀ ਚਾਹੀਦੀ ਹੈ ਇਹ ਗੁਰਬਾਣੀ ਵੀ ਸਾਨੂੰ ਇਹ ਗੱਲਾਂ ਸਮਝਾਉਂਦੀ ਹੈ ਵੀ ਮ ਵੀ ਵੀ ਫਿਕਰ ਨਹੀਂ ਕਰਨੀ ਚਿੰਤਾ ਤਾਂ ਕੀ ਕੀ ਜੀ ਹੈ ਨਾ ਚੜਦੀ ਕਲਾ ਵੀ ਸਿੰਘਾਂ ਦਾ ਆਮ ਹੀ ਬੋਲਾ ਜੀ ਚੜਦੀ ਕਲਾ ਮਾਰਿਆ ਜੀ ਚੜਦੀ ਕਲਾ ਉਹ ਪਾਵਾਂ ਜਿੱਦਾਂ ਦੇ ਹਾਲਾਤਾਂ 'ਚ ਹੁਣ ਹੋਰ ਮਾਰੇ ਚੜਦੀ ਕਲਾ ਚੜਦੀ ਕਲਾ ਜੀ ਉਹ ਇਹ ਇਹ ਕੁਝ ਇਹ ਸਿੰਘਾਂ ਦੀਆਂ ਆਪਾਂ ਨੂੰ ਕੁਝ ਸਿੱਖਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਕੋਲੋਂ ਮਿਲਦੀਆਂ ਜਿਵੇਂ ਕਿ ਸਵਾਇਆ ਦਾ ਮਤਲਬ ਹੁੰਦਾ ਬਹੁਤ ਘੱਟ ਹੁਣ ਆਪਾਂ ਇਹ ਸਮਝਦੇ ਆਂ ਵੀ ਸਵਾਇਆ ਦਾ ਮਤਲਬ ਪਰ ਸਵਾਇਆ ਦਾ ਮਤਲਬ ਹੁੰਦਾ ਸਵਾ ਬਹੁਤ ਜ਼ਿਆਦਾ ਤੇ ਸਿੰਘ ਜਦੋਂ ਕਹਿੰਦੇ ਸੀਗੇ ਗੱਫੇ ਘੱਟ ਹੁੰਦੇ ਪੁਰਾਣੇ ਵੇਲਿਆਂ 'ਚ ਕਹਿਣਾ ਬਸ ਸਵਾਇਆ ਦੇਉ ਸਵਾਇਦ ਅਰਥਤ ਹੁੰਦਾ ਬਹੁਤ ਜ਼ਿਆਦਾ ਤੇ ਸਿੰਘ ਥੋੜਾ ਲੈਂਦੇ ਹੁੰਦੇ ਤੇ ਥੋੜੇ ਨੂੰ ਸਵਾਇਆ ਕਹਿ ਦਿੰਦੇ ਹੁੰਦੇ ਸੀ ਹੈਨਾ ਜੀ ਦੁੱਧ ਨੂੰ ਸਮੁੰਦਰ ਕਹਿ ਦੇਣਾ ਸਿੰਘਾਂ ਦੇ ਬੋਲਿਆਂ ਦੀਆਂ ਜਿਹੜੀਆਂ ਆਪਾਂ ਗੱਲਾਂ ਕਰਦੇ ਸੀ ਨਾ ਵੀ ਕਾਜੀ ਨੂੰ ਰਸਤ ਦੇਣ ਚੱਲਦੇ ਆ ਵੀ ਪਰਵਾਹ ਨਹੀਂ ਕਰਦੇ ਹੁੰਦੇ ਨਾ ਵੀ ਉਹਨਾਂ ਦੇ ਬੋਲਿਆਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਯੁਰਤ ਦਾ ਪਤਾ ਲੱਗਦਾ ਸੀ ਸਿੰਘਾਂ ਦੀ ਦਾ ਵੀ ਉਹਨਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਸੀਗੇ ਹੈਨਾ ਇਸੇ ਤਰ੍ਹਾਂ ਚੜ੍ਹਦੀ ਕਲਾ ਯਾਨੀ ਦਿਮਾਗ ਦੇ ਵਿੱਚ ਪੋਜ਼ਿਟਿਵਿਟੀ ਬਹੁਤ ਰੱਖਣੀ ਆ ਜਿਹੜੇ ਵਹਿਮ ਦਾ ਲੋਈ ਇਲਾਜ ਨਹੀਂ ਹੁੰਦਾ ਬਾਬਾ ਜੀ ਜਿਹੜੀ ਵੱਡੀ ਗੱਲ ਹੈ ਨਾ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਵਹਿਮ ਦਾ ਇਲਾਜ ਵਹਿਮ ਹੁੰਦਾ ਜੀ ਤੁਸੀਂ ਚੰਗਾ ਵਹਿਮ ਮਾੜਾ ਵਹਿਮ ਪਾਲਿਆ ਵੀ ਭਾਈ ਮੈਂ ਤਾਂ ਗਿਆ ਬੱਸ ਮੈਂ ਤਾਂ ਗਿਆ ਮੈਂ ਨਹੀਂ ਬਚਦਾ ਇਹ ਤੋਂ ਚੰਗਾ ਵਹਿਮ ਪਾਲੋ ਤੇ ਚੰਗਾ ਵਹਿਮ ਪਾਲੋ ਵੀ ਮੈਨੂੰ ਕੁਝ ਨਹੀਂ ਹੋਇਆ ਮੈਂ ਠੀਕ ਹੋ ਜਾਊਂਗਾ ਹਮ ਅਵਹਿਮ ਹੀ ਆ ਮਾੜੇ ਦੀ ਥਾਂ ਦੇ ਚੰਗਾ ਕਰ ਲਓ ਹਨਾ ਜੀ ਵਹਿਮ ਦਾ ਕੋਈ ਇਲਾਜ ਨਹੀਂ ਤੀਸਰੀ ਗੱਲ ਜਿਹੜੀ ਹੈ ਉਹ ਹੈਗੀ ਆ ਕਿ ਜ਼ੁਬਾਨ ਦੇ ਉੱਤੇ ਕੰਟਰੋਲ ਬੋਲਣ 'ਚ ਵੀ ਖਾਣ 'ਚ ਵੀ ਜੇ ਬੋਲੂਗੇ ਘਾਟ ਅੱਛਾ ਬੋਲੂਗੇ ਤਾਂ ਵੀ ਤੰਦਰੁਸਤਾਂ ਤੁਸੀਂ ਤੇ ਜੇ ਖਾਓਗੇ ਘੱਟ ਤਾਂ ਵੀ ਤੰਦਰੁਸਤਾਂ ਤੇ ਇਹ ਦੋਹੇ ਚੀਜ਼ਾਂ ਅੱਜ ਦੇ ਸਮੇਂ ਦੇ ਵਿੱਚ ਔਖੀਆਂ ਨੇ ਘੱਟ ਬੋਲਣਾ ਤੇ ਘੱਟ ਖਾਣਾ ਅਲਪ ਹਾਰ ਸੁਲਭ ਸੀ ਨਿੰਦਰਾ ਵੀ ਅਲਪ ਹਾਰ ਹੀ ਰਹਿਣਾ ਵੀ ਜਿੰਨੀ ਕੁ ਲੋੜ ਹੈ ਉੰਨਾ ਖਾਓ ਪਰਖ ਕੇ ਦੇਖ ਕੇ ਸ਼ੁੱਧ ਖਾਓ ਸਵਾਦ ਨਾ ਲਾਓ ਬਹੁਤੇ ਭੁੱਖ ਮਟਾਉਣ ਲਈ ਬਸ ਖਾਓ ਜਿਵੇਂ ਸਾਧੂਆਂ ਦਾ ਜਾਂ ਪੁਰਾਣੇ ਸਿੰਘਾਂ ਦਾ ਜੀਵਨ ਜਿਹੜਾ ਰਿਹਾ ਹੈ ਘੱਟ ਖਾਓ ਤੇ ਉਹ ਖੰਗਰੀ ਗੱਲ ਵੀ ਲਾਜ ਕਿਉਂ ਨਹੀਂ ਹੁੰਦੇ ਉਹ ਖੱਟਾ ਮਿੱਠੇ ਤੋਂ ਰਹਿ ਰਿਹਾ ਹੀ ਨਹੀਂ ਹੁੰਦਾ ਸਾਡੇ ਤੋਂ ਬਿਨਾ ਖੱਟੇ ਮਿੱਠੇ ਤੋਂ ਬਿਨਾ ਉਹ ਕਿਸੇ ਨੂੰ ਲਾਲ ਜਟਰੀ ਤੋਂ ਬਿਨਾ ਨਹੀਂ ਕਹਿੰਦੇ ਕੋਈ ਚੀਜ਼ ਪਛਦੀ ਕਿਸੇ ਨੂੰ ਚਟਪਟਾ ਚਾਹੀਦਾ ਹੁੰਦਾ ਵਾ ਹਨਾ ਜੀ ਤੇ ਹੁਣ ਪਿਛਲੇ ਸਾਲਾ ਕਰੋਨਾ ਰੇਹਾ ਵਾ ਵਿਆਹ ਸ਼ਾਦੀਆਂ ਆਏ ਨਹੀਂ ਇਹ ਲੋਕ ਵਿਆਹ ਸ਼ਾਦੀਆਂ ਜੀਕਣ ਦੇ ਵੀ ਵਿਆਹ ਵੀ ਹੋਣਗੇ ਤਾਂ ਹਨਾ ਵੀ ਕਰਾਰਾ ਖਾਵਾਂਗੇ ਵੀਜਾ ਹੁੰਦਾ ਨਾ ਕਈਆਂ ਨੂੰ ਇਹ ਆਮ ਵੀ ਤੇ ਇਹ ਗੱਲ ਹੈ ਵੀ ਜ਼ੁਬਾਨ ਤੇ ਕੰਟਰੋਲ ਰੱਖੋਗੇ ਤਾਂ ਇਹ ਚੀਜ਼ਾਂ ਠੀਕ ਹੋ ਜਾਂਦੀਆਂ ਹਾਂਜੀ ਮਿੱਠਾ-ਖਟਾ ਰੱਖ ਕਰਾਉ ਬੋ ਦੱਸ ਦੇਣਾ ਮਿੱਠੇ-ਖਟੇ ਜੋ ਤੱਕ ਉਹ ਦੂਜੀ ਗੱਲ ਬਾਬੇ ਦਵਾਈ ਨਾਲੋਂ ਪਰਹੇ ਚੰਗਾ ਸਿਆਣੇ ਕਹਿੰਦੇ ਦਵਾਈ ਬੇਸ਼ੱਕ ੱਟ ਖਾ ਲੋ ਨਾ ਖਾਓ ਪਰੇ ਜ਼ਰੂਰ ਰੱਖੋ ਉਹ ਅਸੀਂ ਰੱਖਣੀ ਪਾਉਂਦੇ ਤੇ ਆ ਸਾਡਾ ਜਿਹੜਾ ਇਲਾਜ ਆ ਬਾਬਾ ਜਿਹੜੀ ਅਸੀਂ ਖੁਦ ਇਲਾਜ ਕਰਦੇ ਆ ਸਾੜਿਆਂ ਚ ਤਾਂ ਜ਼ੁਬਾਨ ਦਾ ਪੱਕਾ ਰਹਿਣਾ ਪੈਂਦਾ ਬੰਦੇ ਨੂੰ ਨਹੀਂ ਤਾਂ ਨਹੀਂ ਇਲਾਜ ਹੁੰਦਾ ਜਿੰਨਾ ਮਰਜ਼ੀ ਦਵਾਈ ਸਾਡੇ ਕੋਲ ਵੀ ਭਾਵਾਂ ਖਾ ਲੋ ਜ਼ੁਬਾਨ ਦੇ ਪੱਕੇ ਨਹੀਂ ਤਾਂ ਇਲਾਜ ਨਹੀਂ ਹੋਣਾ ਤੇ ਇਹ ਗੱਲ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਅਸੀ ਗੱਲ ਵਾ ਇੱਕ ਹਾਂ ਇੱਕ ਆਪਣਾ ਹੋਰ ਰਹਿ ਗਿਆ ਸੀ ਨੁਸਖਾ ਜੀ ਉਹ ਮੈਂ ਥੱਲੇ ਕਿਹਾ ਹੋਇਆ ਵਾ ਇਹ ਵੀ ਬੜਾ ਵਧੀਆ ਹੈ ਇਹ ਵੀ ਚੌਪਈ ਚ ਚੱਲਦਾ ਹੈ ਜੀ ਪੀਪਲ ਬਾਂਸ ਲੋਚਣ ਨਸਪਾਲ ਜੀ ਪੀਪਲ ਉਹ ਪੀਪਲ ਬਾਂਸ ਲੋਚਣ ਤਵਾਸੀਰ ਹੁੰਦੀ ਆ ਬਾਂਸ ਲੋਚਣ ਨੂੰ ਤਵਾਸੀਰ ਕਹਿੰਦੇ ਦੋ ਤਰ੍ਹਾਂ ਦੀ ਮਿਲਦੀ ਆ ਇੱਕ ਨਕਲੀ ਮਿਲਦੀ ਆ ਇੱਕ ਅਸਲੀ ਮਿਲਦੀ ਆ ਠੀਕ ਆ ਜੀ ਤੇ ਅਸਲੀ ਜਿਹੜੀ ਹੁੰਦੀ ਆ ਉਹ ਥੋੜੀ ਘੂਰਪਰੀ ਹੁੰਦੀ ਆ ਠੀਕ ਆ ਜੀ ਤੇ ਉਹ ਤੁਸੀਂ ਉਹਨੂੰ ਬਾਂਸ ਲੋਚਣ ਕਹਿ ਕੇ ਲੈਣਾ ਜੇ ਸਿੱਧੀ ਤਵਾਸੀਰ ਕਹਿ ਦੋਗੇ ਫਿਰ ਕੋਈ ਹੋਰ ਚੀਜ਼ ਮਿਲ ਜਾਂਦੀ ਆ ਬਾਂਸ ਲੋਚਣ ਕਹਿਣਾ ਫਿਰ ਤੁਹਾਨੂੰ ਸਹੀ ਚੀਜ਼ ਮਿਲ ਜਾਂਦੀ ਆ ਪੀਪਰ ਬਾਂਸ ਲੋਚਣ ਮਸਪਾਲ ਦੁਗਣਾ ਇਸ ਦੀ ਬਾਂਸਾਂ ਢਾਲ ਬਾਂਸਾਂ ਵੀ ਇੱਕ ਬੂਟੀ ਆ ਉਹ ਵੀ ਮਿਲਦੀ ਆ ਉਹ ਇਸ ਤੋਂ ਦੁਗਣਾ ਪਾ ਲੈਣਾ ਜਿੰਨੀ ਇਹ ਲੈਣੀ ਮਾਤਰਾ ਠੀਕ ਆ ਜੀ ਸੌਂਠ ਇਲਾਇਚੀ ਮੋਥ シュਹਾਰੇ ਸੁੰਡ ਇਲਾਇਚੀ ਛੋਟੀ ਮੋਥ ਨਾਗਰ ਮੋਥਾ ਜਾਂ ਮੋਥ ਕਲਾ ਮੋਥ ਵੀ ਕਹਿਦੇ ਹੋ ਮੋਥ シュਹਾਰੇ シュਹਾਰੇ ਲੈ ਲੈਣੇ ਟੰਕ ਟੰਕ ਇਹ ਮੇਲੋ ਚਾਰੇ ਟੰਕ ਟੰਕ ਹੁੰਦਾ ਹੈ ਬਾਬਾ ਜੀ 4 ਮਾਸੇ ਇੱਕ ਟੰਕ 4 ਮਾਸੇ ਹੁੰਦਾ ਟੰਕ ਟੰਕ ਕੇ ਮੇਲੋ ਜਾਰੇ ਵੀ 4-4 ਮਾਸੇ ਤੁਸੀਂ ਇਹ ਮੇਲ ਲੈਣੇ ਨੇ ਵੀ ਇਹ ਮੇਲ ਕੇ ਕਰਿਓ ਫੱਕੀ ਚੱਟਣ ਜੋਗੀ ਵੀ ਇਹਦੀ ਜਿਹੜੀ ਤੁਸੀਂ ਫੱਕੀ ਆ ਚੱਟਣ ਜੋਗੀ ਕਰ ਲੈਣੀ ਵੀ ਜਿਵੇਂ ਥੋੜਾ ਕੋ ਪਾਊਡਰ ਆਂਗੂ ਲੈ ਲੈਣਾ ਠੀਕ ਮਾਖਿਓ ਸਾਥ ਚਟਾਵ ਹੋ ਰੂਗੀ ਉਹਨੂੰ ਵੀ ਉਹਦੇ ਨਾਲ ਮਾਖਿਓ ਮਤਲਬ ਸ਼ਹਿਦ ਸ਼ਹਿਦ ਦੇ ਨਾਲ ਥੋੜੀ ਜਿਹੀ ਚੁਟਕੀ ਪਾ ਕੇ ਰਲਾ ਕੇ ਉਹਨੂੰ ਛਟਾ ਦੇਣੀ ਆ ਦੋਹਰਾ ਇਸਦੀ ਖਾਂਸੀ ਪਿੱਤ ਕੀ ਭਾਵੇਂ ਬਾਈ ਹੋਏ ਬਾਈ ਦੀ ਤੇ ਪਿੱਤ ਦੀ ਖਾਂਸੀ ਅਗੇ ਕਫਰੀ ਬਾਈ ਦੀ ਖਾਂਸੀ ਸੀਗੀ ਹੁਣ ਬਾਈਤ ਪਿੱਤ ਦੀ ਖਾਂਸੀ ਪੇਤ ਦੀ ਖਾਂਸੀ ਇਸਦੀ ਖਾਂਸੀ ਪਿੱਤ ਕੀ ਭਾਵੇਂ ਬਾਈ ਹੋਏ ਸਰਪਰ ਹਰਤਾ ਪੰਡਤੋ ਖਾਵੇ ਰੋਗੀ ਕੋਈ ਵੀ ਉਹਦੇ ਸਾਰੇ ਰੋਗ ਜਿਹੜੇ ਕਹਿੰਦੇ ਵੀ ਪੰਡਤ ਕਹਿੰਦੇ ਉਸਤਾਦ ਵੱਡੇ ਕਹਿੰਦੇ ਵੀ ਉਹ ਹਰ ਜਾਂਦੇ ਨੇ ਜੇ ਰੋਗੀ ਇਹਨੂੰ ਖਾਵੇ ਹਾਂ ਤੇ ਇਹ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਆਮ ਘਰੇ ਤੁਹਾਡੇ ਵਰਤ ਸਕਦੇ ਹੋ ਤੁਸੀਂ ਬੜੇ ਧਿਆਨ ਦੇ ਨਾਲ ਠੀਕ ਹੈ ਲਾਲਚ ਨਹੀਂ ਕਰਨਾ ਤੇ ਜਿੱਥੇ ਕ ਸਮਝ ਨਾ ਲੱਗੇ ਬਾਬਾ ਜੀ ਦਾ ਨੰਬਰ ਇੱਕ ਵਾਰੀ ਨੰਬਰ ਬੋਲ ਵੀ ਦਿਓ ਜੀ ਨੰਬਰ ਹੈ ਬਾਬਾ ਜੀ 98156 76062 ਇਹ ਸਾਡੇ ਪਿਤਾ ਜੀ ਦਾ ਨੰਬਰ ਹੈ ਬਾਬਾ ਅਵਤਾਰ ਸਿੰਘ ਜੀ ਦਾ ਤੇ ਫੋਨ ਉਹੀ ਵਰਤਦੇ ਨੇ ਅਟੈਂਡ ਕਰਦੇ ਨੇ ਜੀ ਤੇ ਆਪਣਾ ਥੋੜਾ ਤੋੜਾ ਫੇਰਾ ਹੁੰਦਾ ਹੈ ਤੇ ਇਹ ਚੀਜ਼ਾਂ ਦਾ ਧਿਆਨ ਰੱਖੋ ਭਾਜੀ ਇਹ ਸਾਰੇ ਵੀ ਜਿਹੜੇ ਵੀ ਦਰਸ਼ਕ ਨੇ ਵੀ ਜ਼ੁਬਾਨ ਤੇ ਕੰਟਰੋਲ ਰੱਖੋ ਖਾਂਚ ਵੀ ਤੇ ਬੋਲਣ ਚ ਵੀ ਤੇ ਪੋਜ਼ਿਟਿਵਿਟੀ ਰੱਖੋ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਜਜਬੇ ਰੱਖੋ ਤੇ ਕਿਰਿਆ ਤੁਹਾਡੀ ਸਰੀਰ ਦੀ ਸਹੀ ਰਵੇ ਤੇ ਕੁਝ ਨਹੀਂ ਹੁੰਦਾ ਬਾਕੀ ਮਿਹਨਤ ਕਰੋ ਜਰੂਰ ਇਹ ਵੀ ਸਰੀਰ ਨੂੰ ਕਸ਼ਟ ਦਿਓ ਵਰਜਿਸ਼ ਬਹੁਤ ਜ਼ਿਆਦੀ ਕਰੋ ਤਾਂ ਹੀ ਇਹ ਚੀਜ਼ਾਂ ਜਿਹੜੀਆਂ ਨੇ ਫਲਦੀਆਂ ਨੇ ਸਰੀਰ ਤੰਦਰੁਸਤ ਰਹਿੰਦਾ ਮਹਾਰਾਜ ਕੋ ਵੀ ਅਰਦਾਸ ਚ ਰੋਜ਼ ਮੰਗਦੇ ਨੇ ਮੈਂ ਤੰਦਰੁਸਤੀ ਬਖਸ਼ਨਾ ਪੁਰਾਣੇ ਸਿੰਘ ਜਾਂ ਅੱਜ ਕਈ ਅਰਦਾਸਾਂ ਦੇ ਸਿਆਣੇ ਸਿੰਘ ਇਹ ਗੱਲਾਂ ਕਰਦੇ ਹੁੰਦੇ ਨੇ ਕਿ ਤੰਦਰੁਸਤ ਜਦੋਂ ਤੱਕ ਸਰੀਰ ਨਹੀਂਗਾ ਨਾ ਤੋ ਕੰਮ ਕਰ ਪਾਏਗਾ ਨਾ ਹੀ ਉਹ ਭਜਨ ਬੰਦਗੀ ਕਰ ਪਾਏਗਾ ਠੀਕ ਹੈ ਨਾ ਜੀ ਸਰੀਰੀ ਕੰਮ ਵੀ ਕਰਨਾ ਹੈ ਕਿਰਿਆ ਕੋਈ ਵੀ ਕਰਨੀ ਹੈ ਤੇ ਚਾਹੇ ਭੰਜ ਨਿਬੰਧ ਵੀ ਕਰਨੀ ਹੈ ਸਰੀਰ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਆ ਹਰ ਮੰਦਰ ਹਰ ਜੀ ਉਹ ਸਾਜਿਆ ਇਹ ਸਰੀਰ ਹਰ ਮੰਦਰ ਹੈ ਮਹਾਰਾਜ ਨੇ ਇਹ ਹਰ ਮੰਦਰ ਸਾਜਿਆ ਨਾ ਇਹ ਸਰੀਰ ਸਾਜਿਆ ਹੋਇਆ ਇੱਕ ਤਰ੍ਹਾਂ ਦਾ ਇਹ ਵੀ ਹਰ ਮੰਦਰ ਹੈ ਜਿੱਥੇ ਹਰੀ ਨੇ ਆ ਕੇ ਵਾਸਾ ਕਰਨਾ ਹੈ ਜਿੱਥੇ ਹਰੀ ਰਹਿੰਦਾ ਹੈ ਵਾਸਾ ਕੀ ਰਹਿੰਦਾ ਹੀ ਹੈ ਦੇ ਵਿੱਚ ਆ ਲੱਭਣਾਈਆਂ ਬਾਤ ਉਹ ਕਹਿੰਦੇ ਵੀ ਜੋ ਬ੍ਰਹਮ ਇੰਡੇਸ ਹੋਈ ਪਿੰਡੇ ਜੋ ਖੋਜੇ ਸੋ ਪਾਵੇ ਪਾਨ ਤੇ ਪੀਪਾ ਜੀ ਗੁਰੂ ਗ੍ਰੰਥ ਸਾਹਿਬ ਆ ਜੀ ਕਹਿੰਦੇ ਨਾ ਵੀ ਜੋ ਤੁਸੀਂ ਬਾਹਰ ਖਲਾਜ ਦੇਖਦੇ ਹੋ ਤੁਹਾਡੇ ਸਰੀਰ ਚ ਹੀ ਆ ਤੇ ਉਹ ਲੱਭਿਆ ਹੀ ਜਿਹੜੀ ਗੱਲ ਹੁੰਦੀ ਹੈ ਤੇ ਉਹਦਾ ਧਿਆਨ ਕਰੀਏ ਤੇ ਰੱਬ ਰੱਬ ਕਰੋ ਤੇ ਤੰਦਰੁਸਤੀ ਮਾਰੇ ਕੋਮੇਸ਼ਾ ਮੰਗੋ ਬਿਮਾਰਾ ਵੀ ਤੰਦਰੁਸਤ ਰਹੇ ਸਰੀਰ ਤੇ ਚੜਦੀ ਕਲਾ ਮਾਰੇ ਚੜਦੀ ਕਲਾ ਜੀ ਬਿਲਕੁਲ ਚੜਦੀ ਕਲਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸੋ ਸਿਮਰਨ ਪ੍ਰੀਤ ਬਾਈ ਹੋਰ ਨਾਲ ਗੱਲਬਾਤ ਕਰ ਰਹੇ ਸੀਗੇ ਪੁਰਾਣੀ ਤੋਂ ਪੁਰਾਣੀ ਖੰਗ ਦਾ ਇਲਾਜ ਦੱਸਿਆ ਜਿੰਦਗੀ ਜਿਉਣ ਦੇ ਕੁਝ ਫਲਸਫੇ ਵੀ ਸਾਂਝੇ ਕੀਤੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਸ਼ੋਅ ਕਾਫੀ ਪਸੰਦ ਆਇਆ ਹੋਵੇਗਾ ਨਵੀਆਂ ਵੀਡੀਓਜ਼ ਲਈ ਤੁਸੀਂ ਜੁੜੇ ਰਹੋ ਅਖਰ ਦੇ ਨਾਲ